ਮਹੀਨੇ ਵਿੱਚ ਮੀਂਹ ਦੀ ਝੜੀ ਹਰ ਥਾਂ ਲੱਗੀ ਨਜ਼ਰ ਆ ਰਹੀ ਹੈ, ਪਰ ਇੱਥੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ। ਹੁਣ ਇਹ ਤਸਵੀਰਾਂ ਹੀ ਦੇਖ ਲੋ ਜੋ ਕਿ ਨਾਭਾ ਸ਼ਹਿਰ ਦੀਆਂ ਨੇ, ਤੇ ਇੱਥੇ ਅੱਧਾ ਘੰਟਾ ਪਏ ਮੀਂਹ ਨੇ ਹੀ ਹਾਲੋ ਬੇਹਾਲ ਕਰ ਦਿੱਤਾ ਹੈ। ਬੇਸ਼ੱਕ ਹੁੰਮਸ ਤੇ ਗਰਮੀ ਤੋਂ ਲੋਕਾਂ ਨੂੰ ਨਜਾਤ ਤਾਂ ਮਿਲੀ ਹੈ, ਤਾਪਮਾਨ ਦੇ ਵਿੱਚ ਗਿਰਾਵਟ ਵੀ ਆਈ ਹੈ, ਪਰ ਲੋਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਨੇ। ਕਾਰਨ ਇਹ ਹੈ ਕਿ ਅੱਧਾ ਘੰਟਾ ਪਏ ਮੀਂਹ ਤੋਂ ਬਾਅਦ ਹੀ ਸੜਕਾਂ ਦੇ ਹਾਲ ਦੇਖ ਲੋ, ਕਿਸ ਤਰ੍ਹਾਂ ਪਾਣੀ ਭਰਿਆ ਹੋਇਆ, ਗੋਟੇ ਗੋਟੇ ਪਾਣੀ ਭਰਿਆ, ਜਿਹਦੇ ਵਿੱਚੋਂ ਵਾਹਨ ਵੀ ਬੜੀ ਮੁਸ਼ਕਲ ਦੇ ਨਾਲ ਲੰਘ ਰਹੇ ਨੇ, ਤੇ ਪੈਦਲ ਜਾਣ ਵਾਲੇ ਲੋਕਾਂ ਲਈ ਤਾਂ ਹੋਰ ਵੀ ਔਖਾ ਹੈ। ਹਾਲਾਂਕਿ ਨਾਭਾ ਦੇ ਵਿੱਚ ਉਡੀਕਿਆ ਜਾ ਰਿਹਾ ਸੀ ਕਿ ਕਦੋਂ ਮੀਂਹ ਪਏਗਾ ਤੇ ਹੁੰਮਸ ਤੇ ਗਰਮੀ ਤੋਂ ਰਾਹਤ ਮਿਲੇਗੀ, ਤਾਂ ਹੁਣ ਨਾਭਾ ਜ਼ਿਲ੍ਹੇ ਦੇ ਵਿੱਚ ਵੀ ਭਾਰੀ ਮੀਂਹ ਪਿਆ ਹੈ, ਪਰ ਇੱਥੇ ਥੋੜੀ ਦੇਰ ਪਏ ਮੀਂਹ ਤੋਂ ਬਾਅਦ ਹੀ ਸੜਕਾਂ ਜਲ ਥਲ ਹੋ ਗਈਆਂ ਨੇ, ਗੋਡੇ ਗੋਡੇ ਪਾਣੀ ਭਰ ਗਿਆ ਹੈ, ਸੜਕਾਂ ਤਲਾਬ ਬਣ ਗਈਆਂ ਨੇ, ਜਿਨ੍ਹਾਂ ਨੂੰ ਪਾਰ ਕਰਨਾ ਲੋਕਾਂ ਲਈ ਔਖਾ ਹੋ ਰਿਹਾ ਹੈ। ਉਮੀਦ ਦਾ ਆਨੰਦ ਤਾਂ ਮਾਨਣਾ ਚਾਹੁੰਦੇ ਨੇ, ਪਰ ਘਰੋਂ ਬਾਹਰ ਨਿਕਲਣਾ ਉਹਨਾਂ ਲਈ ਥੋੜਾ ਮੁਸ਼ਕਲ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ੁਕਰਗੁਜ਼ਾਰ ਨੇ ਕਿ ਕਿਤੇ ਉਹਨਾਂ ਨੂੰ ਹੁੰਮਸ ਤੇ ਗਰਮੀ ਤੋਂ ਰਾਹਤ ਮਿਲੀ ਹੈ, ਤੇ ਨਾਲ ਹੀ ਤਾਪਮਾਨ 'ਚ ਗਿਰਾਵਟ ਵੀ ਆਈ ਹੈ, ਪਰ ਇੱਥੇ ਵੱਡੀ ਮੁਸ਼ਕਲ ਖੜੀ ਹੋ ਗਈ ਹੈ ਜੋ ਸੜਕਾਂ ਤੇ ਪਾਣੀ ਭਰ ਗਿਆ ਹੈ, ਤਾਂ ਇਹਦੇ ਵਿੱਚੋਂ ਲੰਘਣਾ ਹੁਣ ਇਹਨਾਂ ਰਾਹਗੀਰਾਂ ਲਈ ਤੇ ਲੋਕਾਂ ਲਈ ਔਖਾ ਹੋ ਗਿਆ। ਉਧਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੇ ਵੀ ਇਸ ਮੀਂਹ ਨੂੰ ਬੇਹੱਦ ਲਾਹੇਵੰਦ ਦੱਸਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਤੇ ਹੁੰਮਸ ਦੇ ਨਾਲ ਉਹਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋ ਰਿਹਾ ਸੀ, ਫਸਲਾਂ ਖਰਾਬ ਹੋ ਰਹੀਆਂ ਸੀ, ਪਰ ਹੁਣ ਜੋ ਮੀਂਹ ਪਿਆ ਹੈ ਇਸ ਦੇ ਨਾਲ ਉਹਨਾਂ ਦੀਆਂ ਫਸਲਾਂ ਨੂੰ ਕਾਫੀ ਫਾਇਦਾ ਹੋਏਗਾ। ਫਸਲਾਂ ਨੂੰ, ਖਾਸ ਕਰਕੇ ਝੋਨੇ ਨੂੰ, ਜੋ ਪਾਣੀ ਦੀ ਲੋੜ ਹੁੰਦੀ ਹੈ ਉਹ ਮੀਂਹ ਨਾਲ ਹੀ ਪੂਰੀ ਹੋ ਰਹੀ ਹੈ। ਦੱਸ ਦਈਏ ਕਿ ਸਿਰਫ ਮਨੁੱਖੀ ਜੀਵਨ ਹੀ ਨਹੀਂ, ਇਸ ਬਰਸਾਤ ਦੇ ਨਾਲ ਜੀਵ ਜੰਤੂ ਤੇ ਪੰਛੀਆਂ ਨੂੰ ਵੀ ਰਾਹਤ ਮਿਲੀ ਹੈ। ਜਿੱਥੇ ਪੰਛੀ ਤੇ ਜਾਨਵਰ ਵੀ ਗਰਮੀ ਨਾਲ ਹਾਲੋ ਬੇਹਾਲ ਸਨ, ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਹੈ। ਅਸੀਂ ਬਹੁਤ ਵਧੀਆ ਮੰਨਦੇ ਹਾਂ, ਜਿਹੜਾ ਬਾਰਿਸ਼ ਹੋਈ ਆ ਹੁਣ ਸਾਡੇ ਸਾਰੀਆਂ ਫਸਲਾਂ ਖਾਤਰ ਬਹੁਤ ਵਧੀਆ ਲਾਭਦਾਇਕ ਹੈ। ਇੱਕ ਜਿਹੜੀ ਆਮ ਜੀਆਂ 'ਚ ਸਾਡੇ ਤਾਂ ਮੀਂਹ ਨਹੀਂ ਪਿਆ ਜੀ ਕਦੇ, ਜਿਹੜਾ ਨਾਭੇ ਸ਼ਹਿਰ ਦਾ ਹੁਣ ਲਵੇ ਲਾਉਣੇ ਮੀਂਹ ਆਪਣੇ ਪਿਆ ਹੈ, ਬਹੁਤ ਵਧੀਆ ਮੀਂਹ ਪਿਆ ਜੀ ਦਾ। ਠੰਡ ਹੋ ਗਈ, ਗਰਮੀ ਤੋਂ ਨਿਕਲਣਾ ਬਹੁਤ ਘਰਾਂ 'ਚ ਔਖਾ ਹੋਇਆ ਪਿਆ ਸੀ ਜੀ, ਔਰ ਜਾਨਵਰਾਂ ਨੂੰ, ਪੰਛੀਆਂ ਨੂੰ ਸਭ ਖਤਰ ਲਾਭਦਾਇਕ ਹੈ ਜੀ। ਆਪਦਾ ਬਹੁਤ ਵਧੀਆ ਬਾਰਿਸ਼ ਦਾ ਉਹ ਜਿਹੜਾ ਸਾਡੇ ਲਈ ਰਹਿਤ ਬਹੁਤ ਵਧੀਆ ਮਿਲਿਆ ਹੈ ਸਾਨੂੰ। ਜੀਵ ਜੰਤੂ ਜਿਹੜੇ ਆਪਣੇ ਬਾਹਰ ਨਹੀਂ ਨਿਕਲਦੇ ਜੀ, ਇਹਨਾਂ ਖਾਤਰ ਵੀ ਬਹੁਤ ਵਧੀਆ ਫਾਇਦਾਮੰਦ ਹੋਇਆ ਜੀ। ਇਹ ਪੰਛੀਆਂ ਦਾ ਬਹੁਤ ਔਖਾ ਪਿਆ ਸੀ, ਦਰੱਖਤਾਂ ਰੁੱਖਾਂ ਦਾ ਬਹੁਤ ਹੋਇਆ ਪਿਆ ਸੀ ਜੀ, ਜਿਹੜਾ ਰੁੱਖਾਂ ਨੂੰ ਵੀ ਬਹੁਤ ਪਾਣੀ ਲੱਗਿਆ, ਇਹ ਵੀ ਬਹੁਤ ਵਧੀਆ ਹੋਇਆ ਜੀ। ਸਾਰੀਆਂ ਫਸਲਾਂ ਖਾਤਰ ਇਹ ਸਾਡੇ ਲਈ ਬਹੁਤ ਰਹਿਤ ਲਾਭਦਾਇਕ ਹੈ ਜੀ। ਬਾਤ ਜਿਹੜੀ ਹੁਣ ਹੋਈ ਹੈ ਪਬਲਿਕ ਬਹੁਤ ਵਧੀਆ ਕਰ ਰਹੀ ਹੈ ਜੀ, ਇਹ ਜਿਹੜਾ ਬਾਰਿਸ਼ ਸਾਰੀਆਂ ਫਸਲਾਂ ਖਾਤਰ ਹੈ, ਸਾਨੂੰ ਲਾਭਦਾਇਕ ਹੈ। ਪਾਣੀ ਕਿੱਦਾਂ ਸਾਨੂੰ ਬਹੁਤ ਹੋਇਆ ਪਿਆ ਸੀ, ਜਿਹੜਾ ਹੁਣ ਪਾਣੀ ਜੀਰਿਆਂ ਨੂੰ ਰੇਹਾਂ ਵਾਂਗ ਲੱਗੂਗਾ ਜੀ, ਬਹੁਤ ਵਧੀਆ ਫਸਲਾਂ ਹੋਣਗੀਆਂ ਜੀ। ਕੱਖ ਪੱਠੇ ਇਹ ਵੀ ਜਮੀ ਹੋਏ ਪਏ ਤੇ ਜੀ, ਇਹਨਾਂ ਖਾਤਰ ਬਹੁਤ ਲਾਭਦਾਇਕ ਹੈ ਜੀ। ਆਪਦੇ ਸਾਰੇ ਡੰਗਰਾਂ ਨੂੰ, ਪਸ਼ੂਆਂ ਨੂੰ, ਸਾਰਿਆਂ ਨੂੰ ਬਹੁਤ ਵਧੀਆ ਰਾਹਤ ਮਿਲੀ ਹੈ ਜੀ। ਆਪਦਾ ਕਿਸਾਨਾਂ ਲਈ ਬਹੁਤ ਫਾਇਦਾ।